ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਇਸ਼ੂ ਬਹੁਤ ਸੁਰਖੀਆਂ ਦੇ ਵਿੱਚ ਰਿਹਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ ਕਿ 1999 ਦੇ ਵਿੱਚ ਉਹਨਾਂ ਦੀ ਰਿਪੋਰਟ ਆਈ ਉਸ ਦੇ ਉੱਤੇ ਕੰਮ ਨਹੀਂ ਹੋਇਆ 1992 1993 ਦੇ ਵਿੱਚ ਉਹਨਾਂ ਉੱਤੇ ਸ਼ੱਦਤ ਦੇ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੁਹਾਡੇ ਵੀ ਨੋਟਿਸ 'ਚ ਪਹੁੰਚੀ ਹੋਏਗੀ ਕਿ ਉਹ ਕੇਸ ਦੇ ਵਿੱਚ ਕੋਈ ਇਨਕੁਆਇਰੀ ਹੁਣ ਹੋਏਗੀ ਕੋਈ ਕਾਰਵਾਈ ਹੋਏਗੀ ਕਿਵੇਂ ਦੇਖ ਰਹੇ ਹੋ ਉਸ ਕੇਸ ਪਹਿਲੀ ਗੱਲ ਤਾਂ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਨ੍ਹਾਂ ਦੇ 15 ਸਾਲ 10 ਸਾਲ ਰਾਜ ਰਹੇ ਉਹਨਾਂ ਨੇ ਉਹ ਫਾਈਲਾਂ ਦੇ ਉੱਤੇ ਮਤਲਬ ਮਿੱਟੀ ਪਾਈ ਕਦੇ ਯਾਦ ਨਹੀਂ ਆਇਆ ਕੋਈ ਪੰਥ ਦੇ ਨਾਂ ਤੇ ਵੋਟਾਂ ਲਈਆਂ ਕਦੇ ਪੰਥ ਯਾਦ ਨਹੀਂ ਆਇਆ ਕਦੇ ਕੋਈ ਉਹਨਾਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਵੀ ਜਿਹਦੇ ਨਾਲ ਲੱਗੇ ਵੀ ਹਾਂ ਯਾਰ ਆਹ ਤਾਂ ਲੋਕਾਂ ਦਾ ਭਲਾ ਹੈ ਆਪਦਾ ਪਰਿਵਾਰ ਹੀ ਸੋਚਿਆ ਹਮੇਸ਼ਾ ਹੁਣ ਜਦੋਂ ਇੰਨੇ ਸਾਲਾਂ ਬਾਅਦ ਫਾਈਲ ਨਿਕਲੀ ਹੈ ਹੁਣ ਉਹਨਾਂ ਦਾ ਘਰ ਵੀ ਯਾਦ ਆ ਗਿਆ ਜੀ ਵੀ ਅਸੀਂ ਮੰਗ ਕਰਦੇ ਹਾਂ ਤੇ 10 ਸਾਲ ਤੋਂ ਤੁਹਾਡਾ ਰਾਜ ਸੀਗਾ ਮੰਗ ਕਿਉਂ ਨਹੀਂ ਕੀਤੀ ਜਿਹੜੀਆਂ ਮੰਗਾਂ ਬੰਦੀ ਸਿੰਘਾਂ ਦੀਆਂ ਹੁਣ ਕਰਦੇ ਆ ਜਦੋਂ 10 ਸਾਲ ਉੱਥੇ ਮੰਤਰੀ ਵੀ ਸੀ ਆਪ ਇੱਕ ਵਾਰੀ ਹਸਬੈਂਡ ਮੰਤਰੀ ਸੀ ਇੱਕ ਵਾਰੀ ਵਾਈਫ ਮੰਤਰੀ ਸੀ ਜੋ ਵਾਜਪਾਈ ਦੀ ਗੌਰਮੈਂਟ ਸੀਗਾ ਸੁਖਬੀਰ ਸੀ ਤੇ ਹੁਣ ਇਹ ਹਰਸਿਮਰਤ ਸੀ ਉਦੋਂ ਕਿਉਂ ਨਹੀਂ ਜੀ ਮੰਗ ਕੀਤੀ ਇਹ ਕਨੇਡਾ ਦੇ ਵਿੱਚ 4 ਗੈਂਗਸਟਰਾਂ ਤੇ ਗੋਲੀ ਚੱਲ ਗਈ ਭਗਵੰਤ ਮਾਨ ਅਸਤੀਫਾ ਦੇਵੇ ਲੈ ਮੈਂ ਅਸਤੀਫਾ ਇੱਥੇ ਬੈਠਾ ਦੇ ਦਾਂ ਗੱਲ ਕਿਤੇ ਕਨੇਡਾ 'ਚ ਹੋਈ ਹੈ ਪਰ ਚੁੱਪ ਕਰਕੇ ਤੜਕੀ ਉੱਠ ਖੜਦੇ ਨੇ ਭਗਵੰਤ ਮਾਨ ਅਸਤੀਫਾ ਦੇਵੇ ਤੇ ਹਾਂ ਤੁਹਾਡੀ ਜਿਹੜੀ ਗੱਲ ਹੈ ਇਹ ਉਸ ਵੇਲੇ ਦਾ ਜਿਸ ਵੇਲੇ ਕਾਲੇ ਦੌਰ 'ਚ ਪੰਜਾਬ ਲੰਘ ਰਿਹਾ ਸੀ ਜੀ ਜਿਹਦੇ ਨਾਲ ਵੀ ਧੱਕਾ ਹੋਇਆ ਮੈਂ ਕਹਿੰਦਾ ਉਦੋਂ ਹੀ ਹੋਣਾ ਚਾਹੀਦਾ ਸੀ ਹੱਲ ਪਰ ਜੇ ਲੋੜ ਪੈਂਦੀ ਹੈ ਮੈਂ ਆਪਣੇ ਅਫਸਰਾਂ ਨਾਲ ਗੱਲ ਕਰ ਰਿਹਾ ਮੈਂ ਇਨ ਟੱਚ ਹਾਂ ਉਹਦਾ ਮੈਂ ਸਾਰਾ ਡਿਟੇਲ ਲੈ ਰਿਹਾ ਜਾਂਚ ਕਰਾਉਣੀ ਪਈ ਤਾਂ ਮੈਂ ਜਿਸ ਤਰ੍ਹਾਂ ਕਿਹਾ ਕਿ ਜੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਵੀ ਪੰਜਾਬੀਆਂ ਦਾ ਕੋਈ ਪੈਸਾ ਲੁੱਟਿਆ ਉਹਦਾ ਹਿਸਾਬ ਕਰਾਂਗੇ ਜੇ ਅੱਜ ਤੋਂ 25-32 ਸਾਲ ਪਹਿਲਾਂ ਕੋਈ ਕਿਸੇ ਨਾਲ ਧੱਕਾ ਹੋਇਆ ਬੇਇਨਸਾਫੀ ਹੋਈ ਹੈ ਤਸ਼ੱਦਦ ਹੋਇਆ ਉਹਦਾ ਵੀ ਹਿਸਾਬ ਕਰਾਂਗੇ ਕਹਿੰਦੇ ਤਿਵਾੜੀ ਸਾਹਿਬ ਦੀ ਰਿਪੋਰਟ ਸੀਗੀ 16 ਸਾਲ ਉਸ ਰਿਪੋਰਟ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਉਹ ਰਿਪੋਰਟ ਤੁਸੀਂ ਦੇਖੀ ਹੈ ਔਰ ਉਸ ਰਿਪੋਰਟ ਤੋਂ ਬਾਅਦ ਐਕਸ਼ਨ ਹੋ ਰਿਹਾ ਜਾਂ ਨਵੇਂ ਸਿਰੇ ਤੋਂ ਕਿਉਂਕਿ ਵੱਖੋ ਵੱਖ ਥਿਊਰੀਆਂ ਨੇ ਇਸ ਤਰੀਕੇ ਦੇ ਨਾਲ ਮਤਲਬ ਤੁਸੀਂ ਪਿਛਲੇ 10-15 ਦਿਨਾਂ ਤੋਂ ਇਸ ਕੇਸ ਨੂੰ ਫੋਲੋ ਵੀ ਕੀਤਾ ਹੋਣਾ ਕਿਵੇਂ ਦੇਖ ਰਹੇ ਹੋ ਮੈਂ ਦੇਖਦਾ ਮੈਂ ਇਹ ਕਹਿਤਾ ਕਿ ਜੋ 25-35 ਸਾਲ ਵੀ ਹੋਇਆ ਤਸ਼ੱਦਦ ਹੋਇਆ ਧੱਕਾ ਹੋਇਆ ਇਹਨਾਂ ਨੇ ਉਹਨੂੰ ਫਾਈਲ ਨੂੰ ਦੱਬੀ ਰੱਖਿਆ ਤੇ ਉਹਨਾਂ ਨੂੰ ਜਿਹੜੇ ਤਸ਼ੱਦਦ ਕਰਨ ਵਾਲੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦੇ ਹੀ ਰੱਖੇ ਤੇ ਮੈਂ ਸੀ ਤਾਂ ਹਜੇ 20 ਮਹੀਨੇ ਪਹਿਲਾਂ ਆਇਆ ਮੈਂ ਤਾਂ ਉਦੋਂ ਜੰਮਿਆ ਵੀ ਨਹੀਂ ਸੀ ਜਦੋਂ SYL ਦਾ ਰੌਲਾ ਪੈ ਗਿਆ ਸੀ ਜਦੋਂ ਇਹਨਾਂ ਨੇ ਸਮਝੌਤੇ ਕਰ ਲਏ ਸੀ ਸੋ ਪੁਰਾਣੀ ਲੈਗੇਸੀ ਵੀ ਮੈਨੂੰ ਲੈ ਕੇ ਜਾਣੀ ਪਊਗੀ ਨਾਲ ਜੋ ਸਾਡੇ ਬਜ਼ੁਰਗ ਸਾਨੂੰ ਛੱਡ ਕੇ ਗਏ ਨੇ ਵਿਰਸੇ 'ਚ ਜਿੱਥੇ ਵੀ ਤਸ਼ੱਦਦ ਹੋਇਆ ਜਿੱਥੇ ਵੀ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਪੈਸਾ ਲੁੱਟਿਆ 32 ਸਾਲ ਪਹਿਲਾਂ ਕੋਈ ਕਪੜਾ ਹੋਇਆ ਜਾਂ ਤਸ਼ੱਦਦ ਜਿਵੇਂ ਤੁਸੀਂ ਗੁਰਦੇਵ ਸਿੰਘ ਕੌਂਕੇ ਜਥੇਦਾਰ ਸਾਹਿਬ ਦੀ ਗੱਲ ਕਰਦੇ ਹੋ ਤਾਂ ਜਾਂਚ ਹੋਊਗੀ ਔਰ ਇਨਸਾਫ਼ ਹੋਊਗਾ ਕਿਉਂਕਿ ਇਹ ਜਾਂਚ ਸ਼ੁਰੂ ਹੋ ਗਈ ਹੈ ਜਾਂ ਪ੍ਰਾਥਮਿਕ ਰਿਪੋਰਟ ਮੰਗੀ ਹੈ ਜਾਂ ਕਿਵੇਂ ਅਸੀਂ ਕਰ ਰਹੇ ਹਾਂ ਜੀ ਇਹਦੇ ਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਕਰ ਲਈ ਹੈ ਮੈਂ ਜਲਦੀ ਤੁਹਾਨੂੰ ਉਹਦੇ ਬਾਰੇ ਦੱਸ ਦਾਂ ਮੈਂ ਜਲਦੀ ਨਾਲ 2-3 ਸਵਾਲ ਜ਼ਰੂਰ ਸਾਨੂੰ ਖਬਰਾਂ ਵੀ ਦੇ ਜਾਓ ਤੁਸੀਂ ਪੰਚਾਇਤ ਇਲੈਕਸ਼ਨ ਜਦੋਂ ਪੰਚਾਇਤ ਦੀਆਂ ਇਲੈਕਸ਼ਨਾਂ ਵੈਸੇ ਡਿਊ ਨੇ ਜੀ ਤੇ ਅਸੀਂ ਕਿਉਂਕਿ 30 ਦਸੰਬਰ ਨੂੰ ਡਿਊ ਹੋ ਗਏ ਸੀ ਪਰ ਉਹ ਅਸੀਂ ਸਾਹਿਬਜ਼ਾਦਿਆਂ ਵਾਲੇ ਦਿਨ ਨੇ ਉਦੋਂ ਮਾਤਮ ਜਾਣੀ ਕਿ ਸੋਗ ਦੇ ਦਿਨ ਹੁੰਦੇ ਨੇ ਉਦੋਂ ਨਹੀਂ ਕਰਾਈਆਂ ਸੀ ਤਾਂ ਹੁਣ ਕੋਰਟ ਨੇ ਕਿਹਾ 1-2 ਪਿੰਡਾਂ ਦੀਆਂ ਕੋਈ ਪਹਿਲਾਂ ਵੀ ਰਹਿੰਦੀਆਂ ਸੀ ਉਹ ਕਰਾ ਵੀ ਲਈਆਂ ਤਾਂ ਜਿਵੇਂ ਮਾਨਯੋਗ ਹਾਈਕੋਰਟ ਦਾ ਆਰਡਰ ਹੋਊਗਾ ਅਸੀਂ ਆਪਣੇ ਸਾਨੂੰ ਕੋਈ ਪ੍ਰੋਬਲਮ ਨਹੀਂ ਲੋਕ ਸਭਾ ਤੋਂ ਪਹਿਲਾਂ ਹੋਣਗੀਆਂ ਲੋਕ ਸਭਾ ਤੋਂ ਬਾਅਦ ਇਹ ਤਾਂ ਚੋਣ ਕਮਿਸ਼ਨ ਨੇ ਡਿਸਾਈਡ ਕਰਨਾ ਨਗਰ ਨਿਗਮ ਦੀਆਂ ਵੀ ਡਿਊ ਪਈਆਂ ਲੋਕ ਸਭਾ ਪਹਿਲਾਂ ਆ ਰਹੀ ਹੈ ਤਾਂ ਫਿਰ ਵਿੱਚ ਪੰਚਾਇਤਾਂ ਦਿੱਕ ਇਲੈਕਸ਼ਨ ਕਰਾਉਣੀ ਵੋਟਾਂ ਦੀ ਸੁਧਾਈ ਕਰਾਉਣੀ ਇਤਰਾਜ਼ ਲਿਆਉਣੇ ਲੰਬਾ ਪ੍ਰੋਸੈਸ ਹੈ ਇਹ ਇਲੈਕਸ਼ਨ ਕਮਿਸ਼ਨ ਜੋ ਡਿਸਾਈਡ ਕਰੂਗਾ ਨਗਰ ਨਿਗਮ ਦੀਆਂ ਨਗਰ ਨਿਗਮ ਦੀ ਕੁਝ ਡਿਊ ਉਹੀ ਵੀ ਸੇਮ ਹੈ ਸੇਮ ਉਹ ਚ ਵੀ ਵਾਰਡ ਦੀ ਹੱਦਬੰਦੀ ਵੋਟਾਂ ਦੀ ਸੁਧਾਈ ਇਤਰਾਜ਼ ਕਿਹੜੀਆਂ ਸੀਟਾਂ ਰਿਜ਼ਰਵ ਨੇ ਕਿਹੜੀਆਂ ਟੁੱਟਣਗੀਆਂ ਇਹ ਇਲੈਕਸ਼ਨ ਕਮਿਸ਼ਨ ਜੋ ਵੀ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਜੋ ਵੀ ਜਿਵੇਂ ਪਿਛਲੇ ਸਮੇਂ ਤੁਸੀਂ ਕਿਹਾ ਸੀਗਾ ਕਿ ਅਗਰ ਚੋਣਾਂ ਤੋਂ ਬਿਨਾਂ ਹੀ ਕੋਈ ਸਰ ਸਮਿਤੀ ਦੇ ਨਾਲ ਸਰਪੰਚ ਹੁੰਦਾ ਹੈ ਤਾਂ ਉਸ ਨੂੰ ਅਸੀਂ ਵੱਧ ਗ੍ਰਾਂਟ ਦੇਵਾਂਗੇ ਉਹ ਹੋਏਗੀ 5 ਲੱਖ ਜੇ ਕੋਈ ਪਿੰਡ ਦੇ ਵਿੱਚ ਸਰਵ ਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਹੈ ਤਾਂ 5 ਲੱਖ ਰੁਪਇਆ ਉਹਨਾਂ ਦੀ ਏਕਤਾ ਦਾ ਇਨਾਮ ਦੇਵਾਂਗੇ ਕਿਉਂਕਿ ਪੰਚਾਇਤਾਂ 'ਚ ਵੀ 40-40 ਲੱਖ ਰੁਪਇਆ ਲੱਗਣ ਲੱਗ ਗਿਆ ਸ਼ਰਾਬਾਂ ਚੱਲਦੀਆਂ ਨੇ ਜਲੇਬੀਆਂ ਚੱਲਦੀਆਂ ਨੇ ਪਰਚੇ ਹੁੰਦੇ ਨੇ ਇੱਕ ਦੂਜੇ ਦੇ ਘਰ ਮੂਹਰੇ ਲਲਕਾਰਾਂ ਮਾਰ ਕੇ ਲੰਘਦੇ ਨੇ ਫਿਰ ਦੁਸ਼ਮਣੀਆਂ ਪੈ ਜਾਂਦੀਆਂ ਨੇ ਮੈਂ ਚਾਹੁੰਦਾ ਪਿੰਡ ਦਾ ਬੰਦਾ ਚੁਣਨਾ ਪਿੰਡ ਵਾਸਤੇ
एक ते सहमति कर लो जिते मर्जी कर लो सिंबल तो नहीं होएगा मतलब आम आदमी पार्टी नहीं हाँ, इस तरह का कोई नहीं वो चोणा च कोई सिंबल जरूरी नहीं होंगे पर जिहड़े सर्वसम्मति नाल चुणनगे उन्हूं 5 लख रुपया सरकार वालों एक इनाम एकता का बाद दे विच जो भी पिंड दे विच सहूलतां चाहीदियां उह देवांगे मान साहब एक आखिरी सवाल